ਵਿੱਚ ਮਾਹੌਲ ਉਸ ਵੇਲੇ ਗਰਮਾ ਗਿਆ ਜਦ ਈਸਾਈ ਭਾਈਚਾਰੇ ਨੇ ਵਿਕਟਰ ਮਸੀਹ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੀ ਅਗਵਾਈ ਵਿੱਚ ਅਦਾਕਾਰ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫਰਾਹ ਖਾਨ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਾਰੇ ਸ਼ਹਿਰ ਦਾ ਚੱਕਰ ਲਗਾਉਂਦਿਆਂ ਨਾਅਰੇਬਾਜ਼ੀ ਕੀਤੀ ਅਤੇ ਇਹਨਾਂ ਦੇ ਪੁਤਲੇ ਸਾੜੇ। ਦੱਸ ਦਈਏ ਕਿ ਇੱਕ ਨਿੱਜੀ ਚੈਨਲ ਵੱਲੋਂ ਸ਼ੋਅ ਦੌਰਾਨ ਅਦਾਕਾਰ ਭਾਰਤੀ ਸਿੰਘ, ਫਰਾਹ ਖਾਨ ਅਤੇ ਰਵੀਨਾ ਟੰਡਨ ਵੱਲੋਂ ਬਾਈਬਲ ਵਿੱਚ ਦਰਜ ਧਾਰਮਿਕ ਸ਼ਬਦਾਂ ਦੀ ਬੇਅਦਬੀ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਈਸਾਈ ਭਾਈਚਾਰੇ ਵੱਲੋਂ ਲੋਕਾਂ ਨੇ ਇਹਨਾਂ ਤਿੰਨਾਂ ਅਦਾਕਾਰਾਂ ਦੇ ਖਿਲਾਫ਼ ਗੁਰਦਾਸਪੁਰ ਵਿੱਚ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕਰਦਿਆਂ ਇਹਨਾਂ ਦੇ ਗੁਰਦਾਸਪੁਰ ਵਿੱਚ ਡਾਕਖਾਨਾ ਚੌਂਕ ਵਿੱਚ ਪੁਤਲੇ ਸਾੜੇ ਅਤੇ ਸਰਕਾਰ ਦੇ ਨਾਮ ਤਹਿਸੀਲਦਾਰ ਅਰਵਿੰਦ ਪ੍ਰਕਾਸ਼ ਨੂੰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ 'ਤੇ ਇਨਸਾਫ਼ ਟੀਵੀ 'ਤੇ ਸਾਡੇ ਬਿਊਰੋ ਨਾਲ ਗੱਲਬਾਤ ਕਰਦਿਆਂ ਵਿਕਟਰ ਮਸੀਹ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਸਾਥੀ ਆਗੂਆਂ ਨਾਲ ਕਿਹਾ ਕਿ ਅਦਾਕਾਰ ਭਾਰਤੀ ਸਿੰਘ, ਰਵੀਨਾ ਟੰਡਨ ਅਤੇ ਫਰਾਹ ਖਾਨ ਨੇ ਜਾਣ ਬੁੱਝ ਕੇ ਇੱਕ ਨਿੱਜੀ ਚੈਨਲ 'ਤੇ ਸ਼ੋਅ ਦੌਰਾਨ ਈਸਾਈ ਸਮੁਦਾਇ ਦੇ ਧਾਰਮਿਕ ਗ੍ਰੰਥ ਬਾਈਬਲ ਵਿੱਚ ਦਰਜ ਧਾਰਮਿਕ ਸ਼ਬਦ ਹਲੇਲੂਇਆ ਨੂੰ ਮਜ਼ਾਕੀਆ ਅੰਦਾਜ਼ ਵਿੱਚ ਤੋੜ ਮਰੋੜ ਕੇ ਗੰਦੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ, ਜਿਸ ਨਾਲ ਈਸਾਈ ਸਮੁਦਾਇ ਅਤੇ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ, ਜਿਸ ਕਾਰਨ ਸਾਡੇ ਲੋਕਾਂ ਵਿੱਚ ਇਸ ਦਾ ਜਾਣ ਬੁੱਝ ਕੇ ਕਰਨ 'ਤੇ ਰੋਸ ਦੀ ਲਹਿਰ ਦੌੜ ਗਈ ਹੈ, ਜਿਸ ਕਾਰਨ ਈਸਾਈ ਭਾਈਚਾਰੇ ਦੇ ਲੋਕਾਂ ਦੀ ਮੰਗ ਹੈ ਕਿ ਇਹਨਾਂ ਅਦਾਕਾਰਾਂ ਸਮੇਤ ਚੈਨਲ ਦੇ ਮਾਲਿਕ ਉੱਪਰ ਵੀ ਸਖ਼ਤ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਨੇ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਅਗਰ ਈਸਾਈ ਭਾਈਚਾਰੇ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਕੁਝ ਦਿਨ ਬਾਅਦ ਮੁੰਬਈ ਵਿੱਚ ਜਾ ਕੇ ਇਹਨਾਂ ਅਦਾਕਾਰਾਂ ਦਾ ਘਿਰਾਓ ਕਰਨਗੇ ਅਤੇ ਪੰਜਾਬ ਸਮੇਤ ਪੂਰੇ ਭਾਰਤ ਵਿੱਚ ਬੰਦ ਦੀ ਕਾਲ ਦੇਣਗੇ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਫਿਲਹਾਲ ਇਹਨਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ, ਜਿਸ ਕਾਰਨ ਅੱਜ ਦਾ ਰੋਸ ਪ੍ਰਦਰਸ਼ਨ ਅਤੇ ਧਰਨਾ ਸਮਾਪਤ ਕੀਤਾ ਗਿਆ ਹੈ। ਪਰ ਅਗਰ ਸਾਨੂੰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ। ਦੇਖੋ ਇਨਸਾਫ਼ ਟੀਵੀ 'ਤੇ ਸਾਡੇ ਬਿਊਰੋ ਨਾਲ ਕਿਹੜੀ ਕਿਹੜੀ ਮੰਗਾਂ ਨੂੰ ਰੱਖ ਕੇ ਈਸਾਈ ਭਾਈਚਾਰੇ ਨੇ ਰੋਸ ਪ੍ਰਦਰਸ਼ਨ ਕਰਦਿਆਂ ਆਪਣੀ ਮੰਗ ਰੱਖੀ। ਨਮਸਕਾਰ ਜੀ, ਮੈਂ ਦੀਪਕ, ਇਨਸਾਫ਼ ਟੀਵੀ ਤੋਂ। ਇਸ ਵੇਲੇ ਅਸੀਂ ਗੁਰਦਾਸਪੁਰ ਦੇ ਡਾਕਖਾਨੇ ਚੌਂਕ ਵਿੱਚ ਖੜ੍ਹੇ ਹਾਂ, ਜਿੱਥੇ ਮਸੀਹ ਭਾਈਚਾਰੇ ਵੱਲੋਂ ਭਾਰਤੀ ਸਿੰਘ ਅਤੇ ਫਰਾਹ ਖਾਨ ਅਤੇ ਰਵੀਨਾ ਟੰਡਨ ਦੇ ਖਿਲਾਫ਼ ਜਿਹੜਾ ਮੋਰਚਾ ਖੋਲ੍ਹ ਦਿੱਤਾ ਗਿਆ ਅਤੇ ਚੱਕਾ ਜਾਮ ਕੀਤਾ ਗਿਆ ਆ। ਇਹਨਾਂ ਦੀ ਇੱਕੋ ਹੀ ਮੰਗ ਆ ਕਿ ਭਾਰਤੀ ਸਿੰਘ ਨੂੰ ਚਾਹੇ ਅੰਮ੍ਰਿਤਸਰ ਦੇ ਵਿੱਚ ਪਰਚਾ ਕਰ ਦਿੱਤਾ ਆ, ਚਾਹੇ ਇਹਨਾਂ ਉੱਪਰ ਪਰਚਾ ਰਜਿਸਟਰਡ ਹੋ ਗਿਆ, ਲੇਕਿਨ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹਨਾਂ ਨੇ ਮੰਗ ਰੱਖੀ ਆ ਕਿ ਜੇਕਰ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਪੰਜਾਬ ਬੰਦ ਦੀ ਕਾਲ ਦੇਵਾਂਗੇ। ਆਓ ਤੁਹਾਡੀ ਇਹਨਾਂ ਨਾਲ ਗੱਲ ਕਰਵਾਉਂਦੇ ਹਾਂ ਕਿ ਇਹਨਾਂ ਦੀ ਕਿਹੜੀ ਕਿਹੜੀ ਮੰਗ ਆ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰਭੂ ਯਿਸੂ ਮਸੀਹ ਦਾ ਨਾਰਾ ਬੁਲੰਦ ਕਰਾਂ, ਜਿਸ ਤੋਂ ਇਹ ਵਿਵਾਦ ਹੋਇਆ। ਹਲੇਲੂਇਆ, 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 ਹਲੇਲੂਇਆ। ਮੈਂ ਵਿਕਟਰਮ ਸੀ ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਔਰ ਸਾਰੇ ਹੀ ਸਤਿਕਾਰਯੋਗ ਪਾਸਟਰ ਸਾਹਿਬਾਨ ਔਰ ਜਿੰਨੇ ਵੀ ਨੌਜਵਾਨ ਸਾਥੀ ਅੱਜ ਦੇ ਇਸ ਰੋਸ ਮਸਾਰੇ ਦੇ ਵਿੱਚ ਪਹੁੰਚੇ ਹਨ, ਮੈਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਕਰਦਾ ਹਾਂ। ਔਰ ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਦਾ ਜੋ ਰੋਸ ਮੁਜ਼ਾਹਰਾ ਹੈ ਉਹ ਇੱਕ ਟੀਵੀ ਚੈਨਲ ਵੱਲੋਂ ਭਾਰਤੀ ਸਿੰਘ ਔਰ ਫਰਾਹ ਖਾਨ ਔਰ ਰਵੀਨਾ ਟੰਡਨ ਇਹ ਤਿੰਨੇ ਕਾਮੇਡੀ ਕਲਾਕਾਰਾਂ ਦੇ ਵੱਲੋਂ ਉਸ ਸ਼ੋਅ ਦੇ ਵਿੱਚ ਪਵਿੱਤਰ ਬਾਈਬਲ
ਹੈਲੇਲੂਯਾ ਦੇ ਅਰਥ ਨੂੰ ਗਲਤ ਦੱਸ ਕੇ ਔਰ ਇੱਕ ਗਾਲੀ ਦੇ ਰੂਪ ਦੇ ਵਿੱਚ ਦੱਸ ਕੇ ਉਹਨਾਂ ਸਾਰਿਆਂ ਸਮੁੱਚੇ ਸੰਸਾਰ ਦੇ ਵਿੱਚ ਉਸ ਚੀਜ਼ ਨੂੰ ਪੇਸ਼ ਕੀਤਾ, ਉਹਦੇ ਸੰਬੰਧ ਦੇ ਵਿੱਚ ਰੋਸ ਕਰਨ ਦੇ ਵਿੱਚ ਅੱਜ ਇਹ ਜਿਹੜਾ ਇਹ ਸਮੁੱਚੇ ਈਸਾਈ ਭਾਈਚਾਰੇ ਵੱਲੋਂ ਜਿਹੜਾ ਇਹ ਰੋਸ ਕੀਤਾ ਜਾ ਰਿਹਾ। ਮੈਂ ਸਮਝਦਾ ਕਿ ਇਹ ਕ੍ਰਿਸਮਿਸ ਦੇ ਸਮੇਂ ਦੇ ਵਿੱਚ ਜਾਣ ਬੁੱਝ ਕੇ ਆਪਣੇ ਭਾਈਚਾਰੇ ਨੂੰ, ਈਸਾਈ ਭਾਈਚਾਰੇ ਨੂੰ ਇਹ ਨੀਵਾਂ ਦੱਸਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਸੋਚੀ ਸਮਝੀ ਸਾਜਿਸ਼ ਆ ਔਰ ਜਿਹਦਾ ਅਸੀਂ ਨਿਖੇਧੀ ਕਰਦੇ ਹਾਂ ਔਰ ਚੰਦ ਪੈਸਿਆਂ ਦੀ ਖਾਤਰ ਇਹ ਇਹ ਦੂਸਰੇ ਪਵਿੱਤਰ ਬਾਈਬਲ ਔਰ ਬਾਕੀ ਧਰਮਾਂ ਦੀ ਬੇਇੱਜ਼ਤੀ ਵੀ ਕਰਦੇ, ਇਹ ਬਹੁਤ ਹੀ ਗਲਤ ਹੈ। ਅੱਜ ਦੀ ਸਾਡੀ ਇਹ ਮੰਗ ਆ, ਬੇਸ਼ੱਕ ਉਹਨਾਂ ਦੇ ਉੱਤੇ ਪਰਚਾ ਦਰਜੋਗ ਹੈ ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਔਰ ਅਸੀਂ ਸਾਰੇ ਹੀ ਪੁਰਜ਼ੋਰ ਇਹ ਮੰਗ ਕਰਦੇ ਹਾਂ ਔਰ ਬੜੇ ਜੋਸ਼ ਦੇ ਨਾਲ ਇਹ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ, ਨਹੀਂ ਤਾਂ ਅੱਜ ਇਹ ਜ਼ਿਲ੍ਹੇ ਲੈਵਲ ਦਾ ਇਹ ਧਰਨਾ ਹੋਇਆ ਵਾ, ਰੋਸ ਹੋਇਆ, ਉਸ ਤੋਂ ਬਾਅਦ ਪੰਜਾਬ ਲੈਵਲ 'ਤੇ ਔਰ ਬੱਸਾਂ ਔਰ ਬੰਦ ਦਾ ਜਿਹੜਾ ਵਾ ਉਹ ਐਲਾਨ ਕੀਤਾ ਜਾਵੇਗਾ ਸਮੁੱਚੇ ਈਸਾਈ ਭਾਈਚਾਰੇ ਵੱਲੋਂ। ਮੇਰਾ ਨਾਂ ਪਾਸਟਰ ਸਾਵਰ ਗਿੱਲ ਆ ਔਰ ਜੋ ਅੱਜ ਦਾ ਹੀ ਰੋਸ ਪ੍ਰਦਰਸ਼ਨ ਕੀਤਾ ਹੈ ਇੱਕ ਸੋਨੀ ਚੈਨਲ ਵੱਲੋਂ ਜੋ ਕਲਾਕਾਰ ਹੈ ਉਹਨਾਂ ਨੇ ਜਾਣ ਬੁੱਝ ਕੇ ਸਾਡੀ ਭਾਵਨਾ ਨੂੰ ਠੇਸ ਪਹੁੰਚਾਈ ਆ ਔਰ ਇੱਕ ਸਾਜਿਸ਼ ਦੇ ਤਹਿਤ 25 ਦਸੰਬਰ ਨੂੰ ਇਹ ਪ੍ਰੋਗਰਾਮ ਸਾਰੇ ਚੈਨਲਾਂ 'ਤੇ ਔਰ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇਹ ਰਿਲੀਜ਼ ਕੀਤਾ ਗਿਆ ਔਰ ਇਹ ਮੈਂ ਪ੍ਰਸ਼ਾਸਨ ਕੋ, ਕੇਂਦਰ ਸਰਕਾਰ ਕੋ ਔਰ ਵੱਡੇ ਅਧਿਕਾਰੀਆਂ ਕੋ ਮੰਗ ਕਰਦਾ ਵਾਂ ਕਿ ਇੱਕ ਸਾਜਿਸ਼ ਦੇ ਤਹਿਤ ਆ, ਕੋਈ ਗਲਤੀ ਨਹੀਂ ਆ, ਜੇ ਗਲਤੀ ਹੋਏ ਨਾ ਤਾਂ ਫਿਰ ਉਹਨੂੰ ਬੰਦ ਕਰਨਾ ਚਾਹੀਦਾ ਸੀ ਕਿਉਂਕਿ ਇਹ ਸਾਰੇ ਚੈਨਲ ਜਾਣ ਬੁੱਝ ਕੇ ਇਹ ਸਾਰਾ ਕਈ ਮੇਰੇ ਹਿਸਾਬ ਨਾਲ ਇਹਦੇ 'ਚ ਕਈ ਹੋਰ ਵੀ ਸ਼ਖਸੀਅਤਾਂ ਮੌਜੂਦ ਹੋਣਗੀਆਂ ਜਿਨ੍ਹਾਂ ਨੇ ਇਹ ਪਲੈਨਿੰਗ ਕਰਕੇ ਇੱਕ ਪਲੈਨਿੰਗ ਦੇ ਤਹਿਤ ਇਹ ਸਾਰਾ ਜੋ ਪ੍ਰੋਪੋਗੈਂਡਾ ਮਾਹੌਲ ਖਰਾਬ ਕਰਨ ਦਾ ਕੀਤਾ ਗਿਆ ਹੈ, ਇਹ ਕੋਈ ਗਲਤੀ ਨਹੀਂ ਆ। ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹ ਗਲਤੀ ਹੋਏ ਪਰ ਇਹ ਗਲਤੀ ਨਹੀਂ ਆ, ਜਾਣ ਬੁੱਝ ਕੇ ਇੱਕ ਬਾਈਬਲ ਦੇ ਸ਼ਬਦ ਨੂੰ ਲੈ ਕੇ ਔਰ ਉਹਨੂੰ ਬੜੇ ਹੀ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ ਔਰ ਬੜੀ ਗੰਦੀ ਲੈਂਗੁਏਜ ਜਿਹੜੀ ਅਸੀਂ ਇੱਥੇ ਬੋਲ ਨਹੀਂ ਸਕਦੇ ਔਰ ਜੇ ਤੁਸੀਂ ਕਰ ਦਿੱਤਾ, ਜੇ ਤੁਹਾਡੇ ਕੋਲ ਗਲਤੀ ਹੋਈ ਆ ਤਾਂ ਫਿਰ ਉਹ ਤੁਹਾਨੂੰ ਪ੍ਰੋਗਰਾਮ ਅੱਗੇ ਚੈਨਲ ਦੇ ਉੱਤੇ ਨਹੀਂ ਕਰਨਾ ਚਾਹੀਦਾ। ਪਰ ਇਹਨਾਂ ਨੂੰ ਪਤਾ ਹੈ, ਇਹਨਾਂ ਨੇ ਜਾਣ ਬੁੱਝ ਕੇ ਪੂਰੇ ਮਾਹੌਲ ਇੱਕ ਕਮਿਊਨਿਟੀ ਦਾ ਖਰਾਬ ਕਰਨ ਦੇ ਲਈ, ਪੂਰੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੇ ਲਈ ਇਹ ਸਾਰਾ ਕੁਝ ਜਾਣ ਬੁੱਝ ਕੇ ਕੀਤਾ ਗਿਆ ਹੈ ਔਰ ਅਸੀਂ ਕਹਿੰਦੇ ਹਾਂ ਕਿ ਇਹਨਾਂ 'ਤੇ ਬਣਦੀ ਕਾਰਵਾਈ ਔਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਤਾਂ ਕਿ ਆਉਣ ਵਾਲੇ ਸਮੇਂ 'ਚ ਦੂਸਰੇ ਲੋਕਾਂ ਨੂੰ ਵੀ ਇਸ ਤਰ੍ਹਾਂ ਦਾ ਮੌਕਾ ਨਾ ਮਿਲੇ ਕਿ ਉਹ ਇਸ ਤਰ੍ਹਾਂ ਦਾ ਕੋਈ ਵੀ ਗਲਤੀ ਕਰਨ। ਸਾਡਾ ਸਾਰੇ ਧਰਮਾਂ ਦਾ ਹੀ ਸਤਿਕਾਰ ਕਰਦੇ ਆ ਪਰ ਅਸੀਂ ਨਹੀਂ ਚਾਹੁੰਦੇ ਕਿ ਸਾਡੀ ਕੋਈ ਬੇਇੱਜ਼ਤੀ ਕਰੇ। ਜੇ ਕੋਈ ਸਾਡੀ ਬੇਇੱਜ਼ਤੀ ਕਰੇਗਾ, ਜੇ ਅਸੀਂ ਅੱਜ ਸ਼ਾਂਤੀ ਦੇ ਨਾਲ ਕਰ ਰਹੇ ਹਾਂ ਤਾਂ ਆਪਾਂ ਇਸ ਤੋਂ ਉਗਰ ਵੀ ਹੋ ਸਕਦੇ ਆ, ਫਿਰ ਕੰਟਰੋਲ ਕਰਨਾ ਮੁਸ਼ਕਿਲ ਹੋਏਗਾ। ਇਸ ਆਪਾਂ ਪ੍ਰਸ਼ਾਸਨ ਤੋਂ, ਕੇਂਦਰ ਸਰਕਾਰ ਤੋਂ, ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਬੰਦੀ ਕਾਰਵਾਈ ਕੀਤੀ ਜਾਏ, ਨਹੀਂ ਤਾਂ ਇਹਦਾ ਅੰਜਾਮ ਭੁਗਤਣ ਲਈ ਤਿਆਰ ਰਹੋ। ਬੜਾ ਦੁੱਖ ਲੱਗਿਆ ਕਿ ਭਾਰਤੀ ਜੋ ਸਿੰਘ ਹੈ ਉਹ ਕਮੇਟੀ 'ਚ ਸੋਹਣੀ ਲੱਗਦੀ ਹੈ ਕਿ ਸਾਡੇ ਪਵਿੱਤਰ ਸ਼ਬਦ ਨੂੰ ਉਹਨੇ ਬੜਾ ਤੋੜ ਮਰੋੜ ਕੇ ਪੇਸ਼ ਕੀਤਾ। ਕ੍ਰਿਸਚਨ ਭਾਈਚਾਰੇ 'ਚ ਬਹੁਤ ਜ਼ਿਆਦਾ ਗੁੱਸਾ ਹੈ ਤਾਂ ਮੈਂ ਵੀ ਕ੍ਰਿਸਚਨ ਕਮਿਊਨਿਟੀ ਦੀ ਆਗੂ ਹਾਂ ਤਾਂ ਮੈਨੂੰ ਵੀ ਇਹ ਗੁੱਸਾ ਹੈ ਕਿ ਜਿਹੜਾ ਭਾਰਤੀ ਸਿੰਘ 'ਤੇ ਕੋਈ ਵਧੀਆ ਬਣਦੀ ਜਿਹੜੀ ਕਾਰਵਾਈ ਹੈ ਨਾ, ਠੋਕ ਕੇ ਕਾਰਵਾਈ ਕੀਤੀ ਜਾਏ, ਉਹਨੂੰ ਸਰਾਂਗਾਂ 'ਤੇ ਪਿੱਛੇ ਛੱਡਿਆ ਜਾਵੇ। ਬਿਲਕੁਲ ਜਾਣ ਬੁੱਝ ਕੇ ਕੀਤਾ ਗਿਆ ਜੀ। ਕੀ ਗੱਲ, ਕ੍ਰਿਸਚਨ ਕਮਿਊਨਿਟੀ ਜਿਹੜੀ ਆ ਵੋਟ ਬੈਂਕ ਜਾ ਕੇ ਇਹਨੂੰ ਵੋਟ ਬੈਂਕ ਸਮਝ ਕੇ ਯੂਜ਼ ਕੀਤਾ ਜਾਏ।
ਕਿ ਬੜੀ ਵੱਡੀ ਸਾਜ਼ਿਸ਼ ਬਣਾਈ ਹੈ। ਬੈਠੇਗਾ ਫਿਰ ਸੜਕਾਂ।